ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੇਰ ਕਰੋ ਤ੍ਰਿਣ ਤੇ ਮੋਹੇ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋ ਸੋ। ਪੂਲ ਸ਼ਿਮੋਹ ਮਰੀ ਪ੍ਰਭੁ ਆਪਨ, ਪੂਲਨ ਹਾਰ ਕਹਉ ਕਉ ਮੋਸੋ। ਸੇਵ ਕਰੈ ਤੁਮਰੀ ਤਿਨਕੇ, ਸ਼ਿਨ ਮੈਂ ਤਨ ਲਾਗਤ ਤਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੁ ਭਾਰੀ ਪਰੋਸੋ। ਸੇਵ ਕਰੈ ਤੁਮਰੀ ਤਿਨਕੇ, ਸ਼ਿਨ ਮੈਂ ਧਨ ਲਾਗਤ ਤਾਮ ਪਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਭਾਰੀ ਪਰੋਸੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਤੈ ਪ੍ਰਸਾਦ, ਚਲਿੱਤਰ ਤੇਈ ਵਾ ਚਾਉ ਪਈ, ਭਇਓ ਭਰਾਤ ਸਭ ਹੀ ਜਨ ਜਾਗੇ, ਆਪਣੇ ਆਪਣੇ ਕਾਰਜ ਲਾਗੇ। ਰਾਏ ਭਵਨ ਤੇ ਬਾਹਰ ਆਇਓ, ਸਭਾ ਬੈਠ ਦੀਵਾਨ ਲਗਾਇਓ। ਭਇਓ ਭਰਾਤ ਸਭ ਹੀ ਜਨ ਜਾਗੇ, ਆਪਣੇ ਆਪਣੇ ਕਾਰਜ ਲਾਗੇ। ਰਾਏ ਭਵਨ ਤੇ ਬਾਹਰ ਆਇਓ, ਸਭਾ ਬੈਠ ਦੀਵਾਨ ਲਗਾਇਓ। ਸੁਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਹੋ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ, ਜੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਰਚਨਾ ਹੈ। ਸਤਿਗੁਰਾਂ ਦੇ ਮਹਾਨ ਰਚਨਾ ਦੀ ਪਾਵਨ ਗੁਰਬਾਣੀ ਸ਼੍ਰੀ ਚਰਿਤਰੋ ਪਾਖਿਆਂ ਦੀ ਲੜੀਵਾਰ ਵਿਚਾਰ, ਸੋ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਜੋ 22 ਚਲਿੱਤਰ ਹਨ ਸੰਪੂਰਨ ਹੋ ਚੁੱਕੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਜੋ 23ਵਾਂ ਚਲਿੱਤਰ ਹੈ ਉਹਦੀ ਵਿਚਾਰ ਕਰਾਂਗੇ। ਪਿਆਰੀ ਸਾਧ ਸੰਗਤ ਜੀ, ਅਸੀਂ ਜੋ ਪਿੱਛੇ 21 ਅਤੇ 22 ਚਰਿੱਤਰ ਸਰਵਣ ਕੀਤੇ ਅਨੂਪ ਕੌਰ ਨਾਂ ਦੀ ਇਸਤਰੀ ਦੇ, ਇਹ 23ਵਾਂ ਚਰਿੱਤਰ ਵੀ ਉਸੇ ਇਸਤਰੀ ਦਾ ਹੀ ਹੈ ਕਿ ਪਹਿਲੇ ਚਰਿੱਤਰ ਦੇ ਵਿੱਚ ਉਹ ਰਾਜੇ ਨੂੰ ਵੱਸ ਵਿੱਚ ਕਰਨ ਦੀ ਕੋਸ਼ਿਸ਼ ਕਰਦੀ ਹੈ, ਬੜੇ ਹਾਵ ਭਾਵ ਕਰਦੀ ਹੈ, ਯਤਨ ਕਰਦੀ ਹੈ ਕਿ ਰਾਜਾ ਮੇਰੇ ਨਾਲ ਭੋਗ ਵਿਲਾਸ ਕਰੇ। ਪਰ ਆਖਿਰ ਰਾਜਾ ਜਿਹੜਾ ਹੈ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦਾ ਹੈ, ਡੋਲਦਾ ਨਹੀਂ। ਅਤੇ ਉਹ ਇਸਤਰੀ ਦੂਸਰੇ ਪਾਸੇ ਆ ਜਾਂਦੀ ਹੈ ਕਿ ਜੇਕਰ ਤੂੰ ਮੇਰੇ ਨਾਲ ਭੋਗ ਵਿਲਾਸ ਨਹੀਂ ਕਰੇਂਗਾ ਤਾਂ ਮੈਂ ਤੇਰੀ ਬੇਇੱਜ਼ਤੀ ਕਰ ਦਿਆਂਗੀ, ਨਗਰ ਦੇ ਲੋਕਾਂ ਦੇ ਵਿੱਚ ਚੋਰ ਚੋਰ ਆ ਕੇ ਤੈਨੂੰ ਬਣਵਾ ਦਿਆਂਗੀ, ਤੇਰੀ ਕੁੱਟ ਮਾਰ ਹੋਵੇਗੀ। ਅਤੇ ਰਾਜਾ ਦੂਸਰੇ ਚਲਿੱਤਰ ਦੇ ਵਿੱਚ ਜੋ 22ਵਾਂ ਚਲਿੱਤਰ ਸੀਗਾ ਉਹਦੇ ਵਿੱਚ ਆਪਾਂ ਨੇ ਸਰਵਣ ਕੀਤਾ ਕਿ ਰਾਜਾ ਕਿਵੇਂ ਆਪਣੀ ਸਿਆਣਪ ਦੇ ਨਾਲ ਉੱਥੋਂ ਆਪਣਾ ਧਰਮ ਵੀ ਬਚਾ ਲੈਂਦਾ ਹੈ ਅਤੇ ਆਪਣੀ ਇੱਜ਼ਤ ਵੀ ਬਚਾ ਲੈਂਦਾ ਹੈ। ਹੁਣ ਜੋ ਲੋਕ ਸਨ ਉਹਨਾਂ ਨੇ ਉਸ ਇਸਤਰੀ ਦੇ ਭਰਾ ਨੂੰ ਹੀ ਚੋਰ ਸਮਝ ਲਿਆ ਅਤੇ ਉਸ ਨੂੰ ਕੁੱਟ ਮਾਰ ਕਰਕੇ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਹੁਣ ਉਸ ਇਸਤਰੀ ਦੇ ਕੋਲ ਰਾਜੇ ਦੀ, ਜਿਸ ਵੇਲੇ ਉਸ ਇਸਤਰੀ ਨੇ ਚੋਰ ਚੋਰ ਆ ਕੇ ਪੁਕਾਰਾਂ ਕੀਤੀਆਂ ਅਤੇ ਰਾਜੇ ਨੇ ਕਾਹਲੀ ਦੇ ਵਿੱਚ ਆਪਣੀ ਇੱਕ ਚਾਦਰ ਅਤੇ ਆਪਣਾ ਇੱਕ ਜੋੜਾ ਉੱਥੇ ਛੱਡ ਆਇਆ। ਹੁਣ ਉਹ ਸਾਬਤ ਕਰ ਸਕਦੀ ਸੀ ਸਬੂਤ ਤੌਰ 'ਤੇ ਕਿ ਰਾਜੇ ਦੀ ਚਾਦਰ ਅਤੇ ਉਹਦਾ ਜੁੱਤਾ ਜਿਹੜਾ ਮੇਰੇ ਘਰ 'ਚ ਪਿਆ ਹੋਇਆ, ਇਸ ਕਰਕੇ ਚੋਰ ਮੇਰਾ ਭਰਾ ਨਹੀਂ ਸਗੋਂ ਰਾਜਾ ਖੁਦ ਹੈ। ਇਸ ਪ੍ਰਕਾਰ ਉਹ ਰਾਜੇ ਨੂੰ ਬਦਨਾਮ ਕਰ ਸਕਦੀ ਸੀ। ਪਰ ਹੁਣ ਅਸੀਂ 23ਵੇਂ ਚਲਿੱਤਰ ਦੇ ਵਿੱਚ ਇਹ ਵੇਖਾਂਗੇ ਵੀ ਕਿਹੜੀ ਸਿਆਣਪ ਦੇ ਨਾਲ ਰਾਜਾ ਆਪਣੇ ਆਪ ਨੂੰ ਇਸ ਵਿਧੀ ਤੋਂ ਵੀ, ਇਸ ਗੱਲ ਤੋਂ ਆਪਣੇ ਆਪ ਨੂੰ ਕਿਵੇਂ ਬਚਾਉਂਦਾ ਹੈ। ਸੋ ਆਓ ਬੜੇ ਪਿਆਰ ਦੇ ਨਾਲ ਜੋ 23ਵਾਂ ਚਲਿੱਤਰ ਹੈ ਉਹਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਚਾਓ ਪਈ ਪਇਓ ਪਰਾਤ ਸਭ ਹੀ ਜਨ ਜਾਗੇ, ਆਪਣੇ ਆਪਣੇ ਕਾਰਜ ਲਾਗੇ। ਰਾਏ ਭਵਨ ਤੇ ਬਾਹਰ ਆਇਓ, ਸਭਾ ਬੈਠ ਦੀਵਾਨ ਲਗਾਇਓ। ਸੋ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ ਕਿ ਸਵੇਰ ਹੋਈ ਕਿ ਰਾਤ ਬਤੀਤ ਹੋ ਗਈ, ਰਾਤ ਦੇ ਵਿੱਚ ਜਿਹੜਾ ਉਸ ਅਨੂਪ ਕੌਰ ਦਾ ਭਰਾ ਸੀ ਉਹਨੂੰ ਨਗਰ ਦੇ ਲੋਕਾਂ ਨੇ ਚੋਰ ਬਣਾ ਦਿੱਤਾ, ਕੁੱਟ ਮਾਰ ਕਰਕੇ ਜੇਲ੍ਹ ਖਾਨੇ 'ਚ ਬੰਦ ਕਰ ਦਿੱਤਾ। ਅਗਲੀ ਸਵੇਰ ਹੋਈ
ਸਾਰੇ ਲੋਕ ਜਾਗੇ ਅਤੇ ਆਪੋ ਆਪਣੇ ਕੰਮਾਂ ਦੇ ਵਿੱਚ ਲੱਗ ਗਏ। ਰਾਜਾ ਵੀ ਆਪਣੇ ਭਵਨ ਤੋਂ ਮਹਿਲ ਦੇ ਵਿੱਚੋਂ ਬਾਹਰ ਆਇਆ, ਸਭਾ ਦੇ ਵਿੱਚ ਆ ਕੇ ਬੈਠਾ। ਦੀਵਾਨ ਲੱਗਾ ਹੋਇਆ ਹੈ। ਦੋਹਰਾ ਪ੍ਰਾਤ ਪਏ ਤਵਨਾ ਤਵ ਨੈਤਰਿਆ, ਹਿਤ ਤਾਜ ਰੇਸੀ ਉਪਜਾਏ, ਪਨੀ ਪਾਮਰੀ ਜੋ ਹੁਤੇ, ਸਭ ਹਿਨ ਦਏ ਦਿਖਾਏ। ਹੁਣ ਸਵੇਰ ਹੋਣ 'ਤੇ ਜੋ ਇਸਤਰੀ ਸੀ, ਹੁਣ ਉਹ ਰਾਜੇ ਪ੍ਰਤੀ ਕੋਈ ਪ੍ਰੇਮ ਨਹੀਂ, ਕਿਉਂਕਿ ਰਾਜਾ ਉਹਦੀ ਗੱਲਾਂ ਦੇ ਵਿੱਚ ਵੀ ਨਹੀਂ ਆਇਆ ਅਤੇ ਰਾਜਾ ਚਰਿੱਤਰ ਖੇਡ ਕਰਕੇ ਆਪਣੇ ਆਪ ਦਾ ਬਚਾਅ ਵੀ ਕਰ ਲਿਆ ਅਤੇ ਹੁਣ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਲੱਗਾ। ਇਸ ਕਰਕੇ ਹੁਣ ਰਾਜੇ 'ਤੇ ਕੋਈ ਪ੍ਰੇਮ ਨਹੀਂ ਉਹਨੂੰ ਆ ਰਿਹਾ, ਸਗੋਂ ਗੁੱਸਾ ਆ ਰਿਹਾ ਹੈ। ਉਸਨੇ ਕੀ ਕੀਤਾ ਕਿ ਰਾਜੇ ਜੁੱਤੀ ਫੜੀ, ਰੇਸ਼ਮੀ ਚਾਦਰਾ ਲਿਆ ਅਤੇ ਲੋਕਾਂ ਨੂੰ ਨਗਰ ਦੇ ਵਿੱਚ ਦਿਖਾਉਂਦੀ ਫਿਰਦੀ ਹੈ ਕਿ ਇਹ ਵੇਖੋ ਮੇਰੇ ਘਰ ਦੇ ਰਾਜਾ ਆਇਆ ਸੀ, ਤੁਸੀਂ ਮੇਰੇ ਭਰਾ ਨੂੰ ਕੁੱਟ ਕੁੱਟ ਕੇ ਚੋਰ ਬਣਾ ਕੇ ਉਹਨੂੰ ਜੇਲ੍ਹ ਖਾਨੇ ਸੁੱਟ ਦਿੱਤਾ ਏ। ਅਸਲ ਦੇ ਵਿੱਚ ਚੋਰ ਜਿਹੜਾ ਮੇਰਾ ਵੀਰ ਨਹੀਂ ਹੈ, ਮੇਰਾ ਭਰਾ ਨਹੀਂ, ਸਗੋਂ ਉਹ ਰਾਜਾ ਹੈ, ਲੋਕਾਂ ਦੇ ਵਿੱਚ ਦਿਖਾਉਂਦੀ ਫਿਰਦੀ ਹੈ। ਚਾਉ ਪਈ ਹਰਾਏ ਸਭਾ ਮਹਿ ਬਚਨ ਉਚਾਰੇ, ਪਨੀ ਪਾਮਰੀ ਹਰੇ ਹਮਾਰੇ, ਤਾਹੇ ਸਿੱਖ ਜੋ ਹਮੈ ਬਤਾਵੈ, ਤਾ ਤੇ ਕਾਲ ਨਿਕਟ ਨਹਿ ਆਵੈ। ਉਧਰ ਰਾਜੇ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਮੇਰੀ ਚਾਦਰ ਅਤੇ ਮੇਰਾ ਜੁੱਤਾ ਜਿਹੜਾ ਹੈ ਉਸ ਇਸਤਰੀ ਦੇ ਕੋਲ ਹੈ ਅਤੇ ਉਹ ਮੈਨੂੰ ਇਸ ਪੱਖ ਤੋਂ ਮੈਂ ਝੂਠਾ ਪੈ ਸਕਦਾ ਹਾਂ। ਇਸ ਕਰਕੇ ਰਾਜੇ ਨੇ ਆਪਣੇ ਸਭਾ ਦੇ ਵਿੱਚ ਇਹ ਗੱਲ ਆਖੀ। ਉਹ ਆਖਣ ਲੱਗਾ ਕਿ ਮੇਰੀ ਜੁੱਤੀ ਅਤੇ ਮੇਰਾ ਰੇਸ਼ਮੀ ਚਾਦਰਾ ਉਹ ਰਾਤ ਦਾ ਕਿਸੇ ਨੇ ਚੁਰਾ ਲਿਆ ਹੈ ਅਤੇ ਜਿਹੜਾ ਵੀ ਮੈਨੂੰ ਇਸ ਬਾਰੇ ਦੱਸੇਗਾ ਕਿ ਮੇਰਾ ਜੁੱਤਾ ਅਤੇ ਮੇਰਾ ਰੇਸ਼ਮੀ ਚਾਦਰਾ ਕਿਸ ਦੇ ਕੋਲ ਹੈ, ਤਾਂ ਉਸ ਨੂੰ ਮੂੰਹ ਮੰਗੀ ਮੁਰਾਦ ਜਿਹੜੀ ਹੈ ਉਹ ਦਿੱਤੀ ਜਾਵੇਗੀ। ਦੋਹਰਾ ਬਚਨ ਸੁਨੰਤ ਗੁਰ ਬਕਰਤ ਤੇ, ਸਿੱਖ ਨ ਸਕੇ ਦੁਰਾਹੇ, ਪਨੀ ਪਾਮਰੀ ਕੇ ਸਹਿਤ ਸੋ ਤ੍ਰਿਆ ਦਈ ਬਤਾਏ। ਹੁਣ ਨਗਰ ਦੇ ਲੋਕਾਂ ਨੇ ਸਾਰਾ ਕੁਛ ਵੇਖਿਆ ਹੋਇਆ ਸੀ ਕਿ ਇਸ ਇਸਤਰੀ ਦੇ ਕੋਲ ਹੀ ਰਾਜੇ ਦਾ ਜੁੱਤਾ ਹੈ ਅਤੇ ਰੇਸ਼ਮੀ ਚਾਦਰਾ ਵੀ ਹੈ। ਇਹ ਹੈ ਤਾਂ ਚੋਰ, ਪਰ ਆਪਣੇ ਆਪ ਨੂੰ ਇਹ ਵਿਖਾਉਂਦੀ ਫਿਰਦੀ ਹੈ ਕਿ ਰਾਜਾ ਖੁਦ ਇਹਦੇ ਘਰ ਚੱਲ ਕੇ ਆਇਆ ਹੈ, ਸਗੋਂ ਇਹ ਰਾਜੇ ਨੂੰ ਚੋਰ ਬਣਾ ਰਹੀ ਹੈ। ਹੁਣ ਲੋਕਾਂ ਨੇ ਜਿਸ ਵੇਲੇ ਰਾਜੇ ਦਾ ਇਹ ਐਲਾਨ ਸੁਣਿਆ ਕਿ ਮੂੰਹ ਮੰਗੀ ਮੁਰਾਦ ਪਾਵੇਗਾ, ਤਾਂ ਸਭ ਲੋਕਾਂ ਨੇ ਹੀ, ਕਿਉਂਕਿ ਜਿਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਉਹ ਇਸ ਗੱਲ ਨੂੰ ਛੁਪਾ ਨਾ ਸਕੇ, ਤਾਂ ਉਹਨਾਂ ਨੇ ਜਾ ਕੇ ਰਾਜੇ ਨੂੰ ਜੁੱਤੀ ਚਾਦਰੇ ਦੇ ਸਹਿਤ ਜਿਹੜੀ ਇਸਤਰੀ ਸੀ ਉਹਦੇ ਬਾਰੇ ਰਾਜੇ ਨੂੰ ਆਖਿਰ ਜਾ ਕੇ ਸਭ ਨੇ ਦੱਸ ਦਿੱਤਾ ਹੈ। ਚਾਉ ਪਈ ਤਬੈ ਰਾਏ ਇਉਂ ਬਚਨ ਉਜਾਰੇ, ਗਹਿ ਲਈ ਆਪ ਹੋ ਤਹਿ ਤੀਰ ਹਮਾਰੇ, ਪਨੀ ਪਾਮਰੀ ਸੰਗ ਲੈ ਆਇਹੋ, ਮੋਰ ਕਹੇ ਬਿਨ ਤਰਾਸ ਨਾ ਦਇਹੋ। ਤਾਂ ਉਸ ਵੇਲੇ ਰਾਜਾ ਆਖਣ ਲੱਗਾ ਕਿ ਉਸ ਇਸਤਰੀ ਨੂੰ ਪਕੜ ਕੇ ਮੇਰੇ ਕੋਲ ਲਿਆਓ, ਨਾਲੇ ਮੇਰੀ ਜੁੱਤੀ ਵੀ ਅਤੇ ਰੇਸ਼ਮੀ ਚਾਦਰਾ ਵੀ ਲੈ ਕੇ ਆਓ, ਅਤੇ ਮੇਰੇ ਕਹਿਣ ਤੋਂ ਬਿਨਾਂ ਉਸ ਇਸਤਰੀ ਨੂੰ ਕਿਸੇ ਨੇ ਵੀ ਕੁਝ ਆਖਣਾ ਨਹੀਂ। ਦੋਹਰਾ ਸੁਨਤ ਰਾਏ ਕੇ ਬਚਨ ਕੋ, ਹਲੋਗ ਪਰੇ ਅਰ ਰਾਏ, ਪਨੀ ਪਾਮਰੀ ਤ੍ਰਿਆ ਸਹਿਤ ਲਿਹਾਵਤ ਪਹੇ ਬਣਾਏ। ਰਾਜੇ ਦੀ ਇਹ ਗੱਲ ਸੁਣਦਿਆਂ ਸਾਰ ਹੀ ਜੋ ਲੋਕ ਸਨ ਉਹ ਤਾਂ ਬੜੀ ਕਾਹਲੀ ਦੇ ਨਾਲ ਹੀ ਉਸ ਇਸਤਰੀ ਦੇ ਘਰ ਵੱਲ ਆਉਣ ਪਏ। ਸਾਰੇ ਹੀ ਉਸ ਇਸਤਰੀ ਨੂੰ ਪਕੜ ਕੇ ਰਾਜੇ ਦੇ ਕੋਲ ਲੈ ਕੇ ਗਏ, ਨਾਲੇ ਹੀ ਰਾਜੇ ਦਾ ਰੇਸ਼ਮੀ ਚਾਦਰਾ ਅਤੇ ਨਾਲ ਜੁੱਤਾ ਵੀ, ਕਿਉਂਕਿ ਸਾਰੇ ਮਨ ਦੇ ਵਿੱਚ ਖਵਾਹਿਸ਼ ਸੀ ਕਿ ਰਾਜਾ ਹੁਣ ਖੁਸ਼ ਹੋ ਕੇ ਸਾਨੂੰ ਕੁਛ ਨਾ ਕੁਛ ਜ਼ਰੂਰ ਦੇਵੇਗਾ। ਅੜਿੱਲ ਕਹੋ ਸੁੰਦਰ ਕਿਹੇ ਕਾਜ, ਬਸਤਰ ਤੈਂ ਹਰੇ ਹਮਾਰੇ। ਰਾਜਾ ਉਸ ਵੇਲੇ ਆਖਣ ਲੱਗਾ ਕਿ ਹੇ ਸੁੰਦਰ ਇਸਤਰੀ, ਤੂੰ ਕਿਸ ਕਾਰਨ ਤੋਂ ਮੇਰੇ ਬਸਤਰ ਚੁਰਾਏ ਹਨ, ਦੇਖ ਬਟਨ ਕੀ ਭੀਰ, ਤਰਾਸ ਉਪਜਿਓ ਨਹਿ ਥਾਰੇ। ਰਾਜਾ ਆਖਣ ਲੱਗਾ ਕਿ ਇਹ ਸੂਰਬੀਰਾਂ ਦੀ, ਮੇਰੇ ਕੋਲ ਇੰਨੇ ਸਿਪਾਹੀ ਹਨ, ਸੂਰਮੇ ਹਨ, ਸੂਰਬੀਰ ਬਲੀ ਯੋਧੇ ਹਨ, ਕਿ ਇਹਨਾਂ ਨੂੰ ਵੇਖ ਕੇ ਤੇਰੇ ਮਨ ਵਿੱਚ ਕੋਈ ਡਰ ਨਹੀਂ ਆਇਆ, ਤਰਾਸ ਨਹੀਂ ਆਇਆ ਕਿ ਤੂੰ ਰਾਜੇ ਦੇ ਮਹਿਲ ਦੀ ਚੋਰੀ ਕਰ ਰਹੀ ਹੈ, ਤੈਨੂੰ ਆ ਕੇ ਸਜ਼ਾ ਕੀ ਹੋ ਸਕਦੀ ਹੈ, ਇਸ ਗੱਲ ਦਾ ਤੇਰੇ ਹਿਰਦੇ ਵਿੱਚ ਕੋਈ ਡਰ ਨਾ ਉਪਜਿਆ। ਜੋ ਚੋਰੀ ਜਨ ਕਰੈ, ਕਹੋ ਤਾਂ ਕੋ ਕਿਆ ਕਰੀਐ। ਅਤੇ ਫਿਰ ਰਾਜਾ ਆਖਣ ਲੱਗਾ, ਹੁਣ ਤੂੰ ਆਪ ਹੀ ਦੱਸ ਕਿ ਜਿਹੜਾ ਫਿਰ ਇਸ ਪ੍ਰਕਾਰ ਰਾਜੇ ਦੇ ਮਹਿਲ ਵਿੱਚ ਆ ਕੇ ਚੋਰੀ ਕਰੇ ਉਹਨੂੰ ਸਜ਼ਾ ਕੀ ਦੇਣੀ ਚਾਹੀਦੀ ਹੈ।
हो नर जान कै टरों नतर जे ते तुहे मरे है। राया कुछ मठहर के आखन लगा, मैं तेनू सिर्फ एक स्त्री जान करके तेनू छड़ रहा हाँ, तेनू छड़ दिंदा हाँ, पर जेकर तू मर्द हुंदा तो तू मेरे महल ते चोरी कीती हुंदी तो मैं तेनू एथे ही जानो मार देना सी। दोहरा पर पियरी मुख पर गई, नैन रही निहराए, तरक तरक शतिया करे बचन न पाखी हो जाए। हुण स्त्री राजे दी ये गल सुन के चेहरा पीला पै चुका सी। वो बिट बिट बिटर बिटर करके राजे वाल वेखी वेख रही सी। दिल उदा बहुत छेती दे नाल तड़क रहा सी ते कुछ भी मूंहों बोलिया नहीं जाता सी, क्योंकि वो सोच रही सी कि उसने राजे नू चरित्र खेड के वश विच करना चाहिया, पर इह ते कुछ अजीब ही खेड बन गई है कि जो कुछ भी उसने किया वो सारा कुछ ही वो तो उल्ट हो के उहदे उपर ही पै रहा है ते कुछ भी उहदे अनुकूल नहीं होया। अड़िल हम पूछेंगे जाहे न तुम कछ पाखे हो, जाही कै कर माहे पल ही बदर आखे हो। राजा आखन लगा कि मैं तेनू कुछ पूछ रहा हाँ, तू कुछ दसदी क्यों नहीं। राजे ने विचार कीती, वो आखन लगा कि इस स्त्री नू असी अपने महल दे विच भले तरीके दे अनुसार रखांगे। निर्णो कर है एक एकांत बुलाए कै, हों तब दै है यह जान हृदय सुख पाए कै। राजा आखन लगा क्योंकि असी इस स्त्री दे नाल एकांत विच इस गल दा फैसला करांगे की कारण बनया, किसने क्यों चोरी की थी, ये सारा फैसला असं एकांत विच करना चाहते हाँ, पूरे सभा दे विच नहीं। तो इस स्त्री नू बिना किसी दुख दित्या फिर उस नू मुड़ के वापस घर भेजा जाएगा। चाओ पई प्रात पयो त्रे बहुर बुलाई, सकल कथा कह ताहे सुनाई। ते उस दिन उस स्त्री नू राजे ने अपने महल दे विच रखिया। अगली सवेर हुई ते राजे ने उस स्त्री नू अपने कोल बुलाया। सारी गल जिहड़ी सी राजे ने उस स्त्री नू चंगी तरह समझाई कि किवें राजा उहदी चलित्र दे विच बच के निकलिया। तुम कोप हम पर त्रित बनायो, हम हूं तुम कह जरत दिखायो। राजा आखन लगा तू गुस्से दे विच आके मैनू चरित्र दे विच फसाउणा चाहिया, पर मैं भी अगू चरित्र खेड करके अपने आप नू तेरे चरित्र दे विचों बचा लिया। ताको प्रात बंद ते शो रहे पांत पांत त्रे है नि हो रहे। राजे ने आखिर सारी गल दा भेद समझा के उस स्त्री नू वार वार समझाया कि जड़े बुरे कर्मां दे विच तू फसी हुई है, इन्हां करके तेनू कुछ भी प्राप्त नहीं होना, तो तू ऐसे माड़े कर्म करने छड़ दे ते मैं तेरा भरा भी हुण छड़ दिंदा हाँ। बहुर ऐस जिया कबहू न धरियो, मूह अपराध क्षमापन करियो। राजा आखन लगा कि मेरी गल मन, हुण दोबारा कदे भी किसे मनुख दे नाल भी ऐसा बुरा चलित्र जड़ा है वो कदे ना खेडी, कदे भी ऐसी विचार अपने मन दे विच लियावी ना पराया संग करन दी, ते मैं भी जो गलती कीती जो मेरा दोष है उस तुम उस दे वास्ते मैं तेरे कोलों माफ़ी मंगदा हाँ, क्योंकि तू मेरा चरित्र खेडा मैं अपने आप नूं बचाउण वास्ते मेरे करके तेरे भरा नूं बिना किसी दोष तों सट्टां खाणियां पईआं हन, उस नूं सारे सामने शर्मिंदगी उठाउणी पई है तू मेरे करके, पर मैं क्योंकि तू मैनू जेकर तू ऐसा ना कर दी तो तेरे भरा नूं भी इस प्रकार के दोष जिहड़े सी ओह नहीं सहने पैने सन ते ना ही उस नूं जेल दे विच होना पैना सी। पर राजा आखन लगा कि यह मेरा जो दोष है उस वास्ते मैं तेरे को माफ़ी मांगदा हाँ, पर तू ही मेरी यह गल मन कि ऐसी विचार पराया संग करन दी, पराए मर्दां नूं इस तरीके दे नाल चलित्र विच फसाउण दी, ऐसियां ਭੈੜੀਆਂ ਸਾਜ਼ਿਸ਼ਾਂ ਜਿਹੜੀਆਂ ਹਨ ਉਹ ਕਰਨੀਆਂ ਛੱਡ ਦੇ। ਦੋਹਰਾ ਸ਼ਿਮਾ ਕਰਹੁ ਅਬ ਤ੍ਰਿਅ ਹਮੈ, ਬਹੁਰ ਨ ਕਰੇ ਉਹ ਰਾਂਦ, ਬੀਸ ਸਹੰਸ ਰਟਕਾ ਤਿਸ ਦਈ ਸ਼ਿਮਾ ਹੀ ਬਾਂਦ। ਰਾਜਾ ਆਖਣ ਲੱਗਾ ਹੈ ਇਸਤਰੀ ਹੁਣ ਤੂੰ ਮੈਨੂੰ ਮਾਫ਼ ਕਰ,
ਤੇ ਮੈਂ ਵੀ ਇਸ ਗੱਲ ਨੂੰ ਹੁਣ ਅਗਾਂਹ ਹੋਰ ਵਧਾਉਣਾ ਨਹੀਂ ਚਾਹੁੰਦਾ। ਇਸ ਤੋਂ ਪਿੱਛੋਂ ਫਿਰ ਰਾਜੇ ਨੇ ਸਾਰੀ ਗੱਲ ਚੰਗੀ ਤਰ੍ਹਾਂ ਮੁਕਾ ਕੇ ਉਸ ਇਸਤਰੀ ਨੂੰ ਚੰਗੇ ਢੰਗ ਦੇ ਨਾਲ ਸਮਝਾ ਕਰਕੇ ਅਤੇ 6 ਮਹੀਨੇ ਦੇ ਬਾਅਦ ਜੋ 20 ਟਕੇ ਸਨ ਉਹਦੇ ਘਰ ਦੇ ਗੁਜ਼ਾਰੇ ਵਾਸਤੇ ਉਸਨੂੰ ਬੰਨ ਦਿੱਤੇ। ਸੋ ਚਰਿੱਤਰ ਦੇ ਅਖੀਰ ਵਿੱਚ ਸਾਹਿਬ ਜੀ ਪ੍ਰਮਾਣ ਕਰਦੇ ਹਨ ਕਿ ਇਤ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 23ਵਾਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਹਫਜੂ। ਸੋ ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਸ਼੍ਰੀ ਚਰਿੱਤਰ ਉਪਾਖਿਆਨ ਦਾ ਤ੍ਰਿਆ ਚਰਿੱਤਰ ਦਾ ਮੰਤਰੀ ਤਰਾਦੇ ਦੀ ਆਪਸੀ ਵਾਰਤਾਲਾਪ ਦਾ 23ਵਾਂ ਚਰਿੱਤਰ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿੱਤਰ ਉਪਾਖਿਆਨ ਦੀ ਪਾਵਨ ਗੁਰਬਾਣੀ ਦਾ 23ਵਾਂ ਚਰਿੱਤਰ। ਸੋ ਅਨੂਪ ਕੌਰ ਦੀ ਜੋ ਵੀ ਵਿਚਾਰ ਚੱਲ ਰਹੀ ਸੀ 21, 22 ਤੇ 23 ਅਧਿਆਏ, ਸੋ ਇਹ ਜੋ ਕਥਾ ਸੀ ਅਨੂਪ ਕੌਰ ਦੀ, ਇਹ ਸ਼ੁਭ ਸੰਪੂਰਨ ਹੋ ਚੁੱਕੀ ਹੈ। ਸੋ ਸਤਿਗੁਰੂ ਮਹਾਰਾਜ ਦੇ ਇਸ ਚਰਿੱਤਰਾਂ ਦੇ ਵਿੱਚੋਂ ਸਾਨੂੰ ਮਹਾਨ ਸਿੱਖਿਆ ਗ੍ਰਹਿਣ ਕਰਨ ਵਾਸਤੇ ਮਿਲੀ ਹੈ ਕਿ ਜਿਵੇਂ ਉਹ ਰਾਜਾ ਆਪਣੇ ਧਰਮ ਦੇ ਉੱਪਰ ਟੱਲ ਰਿਹਾ, ਭਾਵੇਂ ਉਸ ਦੇ ਉੱਪਰ ਕਿਵੇਂ ਦੀ ਮੁਸ਼ਕਲ ਬਣ ਗਈ, ਪਰ ਉਸਨੇ ਆਖਰ ਆਪਣੇ ਧਰਮ ਨੂੰ ਨਹੀਂ ਛੱਡਿਆ ਅਤੇ ਉਸਨੇ ਆਪਣੀ ਸਿਆਣਪ ਦੇ ਨਾਲ ਆਪਣੇ ਧਰਮ ਨੂੰ ਵੀ ਬਚਾਇਆ ਅਤੇ ਆਪਣੀ ਇੱਜ਼ਤ ਨੂੰ ਵੀ ਬਚਾ ਲਿਆ। ਸੋ ਕਹਿਣ ਤੋਂ ਭਾਵ ਕਿ ਇਹਨਾਂ ਚਰਿੱਤਰਾਂ ਤੋਂ ਇਹੀ ਸੇਧ ਮਿਲਦੀ ਹੈ ਕਿ ਮਨੁੱਖ ਨੂੰ ਜਿਤਨਾ ਮਰਜ਼ੀ ਕਸ਼ਟ ਸਹਿਣਾ ਪੈ ਜਾਵੇ, ਜਿੰਨੀ ਮਰਜ਼ੀ ਮੁਸ਼ਕਲ ਵੀ ਲੰਘਣਾ ਪੈ ਜਾਵੇ, ਪਰ ਕਦੇ ਵੀ ਉਹ ਹਾਰ ਮੰਨ ਕੇ ਆਪਣਾ ਧਰਮ ਛੱਡ ਕੇ ਪਰਾਇਆ ਸੰਗ ਜਿਹੜਾ ਹੈ ਉਹ ਕਦੇ ਨਾ ਕਰੇ। ਪਰਾਇਆ ਸੰਗ ਕਰਨ ਕਰਕੇ ਕਿਵੇਂ ਦੀਆਂ ਮੁਸ਼ਕਲਾਂ ਮਨੁੱਖ ਨੂੰ ਸਹਾਰੇ, ਕਿਵੇਂ ਦੇ ਕਸ਼ਟ ਜੀਵਨ ਦੇ ਅੰਦਰ ਸਹਾਰਨੇ ਪੈਂਦੇ ਹਨ, ਉਹ ਅਸਾਂ ਨੇ ਇਸ ਚਰਿੱਤਰਾਂ ਦੇ ਵਿੱਚ ਸਰਵਣ ਕੀਤਾ ਹੈ। ਸੋ ਮੂਲ ਰੂਪ ਦੇ ਵਿੱਚ ਜੋ ਸਾਨੂੰ ਇਸ ਚਰਿੱਤਰ ਦੇ ਵਿੱਚੋਂ ਸਿੱਖਿਆ ਗ੍ਰਹਿਣ ਕਰਨ ਵਾਸਤੇ ਮਿਲੀ ਹੈ ਉਹ ਇਹੀ ਹੈ ਕਿ ਸਾਹਿਬਾਂ ਨੇ ਬਚਨ ਉਚਾਰੇ ਹਨ ਕਿ ਸੁੱਧ ਜਬ ਦੇ ਹਮ ਧਰੀ ਬਚਨ ਗੁਰ ਦਏ ਹਮ ਹਰੇ, ਪੂਤ ਹੈ ਪ੍ਰਣ ਤੁਹੇ ਪ੍ਰਾਣ ਜਬ ਲਾ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਢਿਓ, ਪਰ ਨਾਰੀ ਕੀ ਸਹਿਜ ਭੂਲ ਸੁਪਨੇ ਹੋਣਾ ਜਾਈਓ। ਪ੍ਰਾਇਆ ਸੰਗ ਭੁੱਲ ਕੇ ਸੁਪਨੇ ਵਿੱਚ ਵੀ ਨਹੀਂ ਕਰਨਾ, ਇਹ ਸਾਡੇ ਵਾਸਤੇ ਸਾਡੇ ਸਤਿਗੁਰਾਂ ਦਾ ਹੁਕਮ ਹੈ। ਪਰ ਪ੍ਰਤੱਖ ਕਿਸੇ ਬਰਾਈ ਇਸਤਰੀ ਦੇ ਸਿਰ 'ਤੇ ਜਾਣਾ ਤਾਂ ਦੂਰ ਦੀ ਗੱਲ, ਸੁਪਨੇ ਦੇ ਵਿੱਚ ਵੀ ਗੁਰੂ ਕੇ ਸਿੱਖ ਨੇ ਪ੍ਰਾਇਆ ਸੰਗ ਕਰਨ ਬਾਰੇ ਸੋਚਣਾ ਤੱਕ ਨਹੀਂ, ਜਾਣਾ ਤੱਕ ਨਹੀਂ। ਫਿਰ ਪਰ ਨਾਰੀ ਕੇ ਭਜੇ ਸਹਿਸ ਬਾਸੋ ਭਗ ਪਾਏ, ਪ੍ਰਾਇਆ ਸੰਗ ਕਰਨ ਕਰਕੇ ਇੰਦਰ ਨੂੰ ਹਜ਼ਾਰਾਂ ਭਗ ਸਰੀਰ ਦੇ ਉੱਪਰ ਹੋ ਗਏ ਸਨ। ਪਰ ਨਾਰੀ ਕੇ ਭਜੇ ਚੰਦਰ ਕਲੰਕ ਲੰਘਾਏ, ਚੰਦਰਮਾ ਨੂੰ ਕਲੰਕ ਲੱਗਾ ਪ੍ਰਾਇ ਇਸਤਰੀ ਦੇ ਹੇਤ ਕਰਕੇ ਹੀ। ਪਰ ਨਾਰੀ ਕੇ ਹੇਤ ਸੀ ਦਸ ਸੀਸ ਗਵਾਇਓ, ਪ੍ਰਾਇਆ ਸੰਗ ਕਰਨ ਕਰਕੇ ਹੀ ਰਾਵਣ ਨੇ ਆਪਣੇ 10 ਸਿਰ ਗਵਾ ਦਿੱਤੇ ਸਨ। ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕਉ ਕਾਹਿਓ, ਪ੍ਰਾਇਆ ਸੰਗ ਕਰਨ ਕਰਕੇ ਪ੍ਰਾਈ ਇਸਤਰੀ ਦੇ ਹੇਤ ਕਰਕੇ ਹੀ ਕੌਰਵਾਂ ਦਾ ਦਲ ਜਿਹੜਾ ਸੀ ਉਹ ਨਾਸ਼ ਹੋ ਗਿਆ ਸੀ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਦੀ ਜੋ ਪ੍ਰਾਈ ਇਸਤਰੀ ਸੰਗ ਹੈ ਉਸ ਤੋਂ ਸਾਨੂੰ ਗੁਰੂ ਸਾਹਿਬ ਜੀ ਨੇ ਸੁਚੇਤ ਕੀਤਾ ਹੈ ਕਿ ਪ੍ਰਾਇਆ ਸੰਗ ਜਿਹੜਾ ਹੈ ਉਹ ਕਦਾਚਿਤ ਵੀ ਨਹੀਂ ਕਰਨਾ ਚਾਹੀਦਾ। ਜੇ ਅਸੀਂ ਕਰਦੇ ਹਾਂ ਸਾਡਾ ਧਰਮ ਭ੍ਰਿਸ਼ਟ ਹੁੰਦਾ ਹੈ, ਲੋਕ ਅਤੇ ਪ੍ਰਲੋਕ ਵਿਗੜ ਜਾਂਦਾ ਹੈ, ਅਤੇ ਜੇ ਆਪਾਂ ਧਰਮ 'ਤੇ ਕਾਇਮ ਰਹਿੰਦੇ ਹਾਂ ਫਿਰ ਕੀ ਹੁੰਦਾ ਹੈ, ਲੋਕ ਸੁਖੀਏ ਅਤੇ ਪ੍ਰਲੋਕ ਸੁਹੇਲਾ ਬਣ ਜਾਂਦਾ ਹੈ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤਿ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।